मजेदार पंजाबी वीडियोस दे लई साडे रेड एफएम यूट्यूब पंजाबी चैनल नु सब्सक्राइब करो, बेल आइकन दबाओ ते हर नोटिफिकेशन पाओ। ऑलराइट, सुपर हिट्स 93.5 रेड एफएम ते दिस इज आरजे करण, तो अटनल एंड गलबात दी आपा गल करिए। ता आज मेरे नाल इक्के होए शख्स ने, ही इज अ पर्सन एक्टर, स्टंट्स करा लो चाहे ना तो रियलिटी शोज दे एक्सपर्ट ने, जज ने, सिंगिंग भी करन लगे। ਪਾਜੀ ਮੈਨੂੰ ਸੁਣਨਾ ਚਾਹਿਆ ਹੁਣੇ ਤੋਂ ਤੁਸੀਂ ਸੜਕਾਂ ਤੇ ਬੈਟਮੈਨ ਬਣ ਕੇ ਵੀ ਰਾਤਾਂ ਨਿਕਲਿਆ ਕਰੋਗੇ ਹਜੇ ਸਾਹਿਬ, ਤਾਂ ਸੱਚ ਹੈਗਾ? ਜੇ ਰੋਬਿਨ ਦੀ ਪੋਸਟ ਖਾਲੀ ਤਾਂ ਮੈਂ ਟਰਾਈ ਕਰਨਾ। ਮੈਨੂੰ ਦੱਸ ਦਿਓ ਕੀ ਕਰਨਾ, ਕੀ ਛੱਡਣਾ ਪਾਜੀ, ਤੁਹਾਨੂੰ ਦੱਸ ਦਿਓ। ਛੱਡਣਾ ਤਾਂ ਕੁਛ ਨਹੀਂ ਯਾਰ, ਸਾਡੇ ਵਾਸਤੇ ਕਿਹੜੇ ਦੁਨੀਆ ਨੇ ਐਦਾਂ ਪਲੇਟ 'ਚ ਰੱਖਿਆ ਸੀ ਆਪਾਂ, ਛੱਡਣਾ ਕੁਛ ਨਹੀਂ, ਜਿੰਨਾ ਕੁਛ ਆਉਂਦਾ ਉਹ ਸਭ ਕਰਨਾ। ਹਾਂ ਸਹੀ ਹੈ, ਵੈਸੇ ਤਾਂ ਗਾਣੇ ਤੁਸੀਂ ਬਹੁਤ ਟਾਈਮ ਤੋਂ ਪਿੱਛੇ ਆਏ ਨੇ, ਬਟ ਦਾ ਟਰੈਕ ਜਿਸਨੇ ਸਭ ਕੁਝ ਚੇਂਜ ਕੀਤਾ ਹੈ, ਤੋੜ ਹੈ ਜੀ। ਸੋ ਪਾਜੀ ਜਦ ਤੋੜਿਆ ਸੀ, ਕੀ ਤੋੜਿਆ ਸੀ, ਉਸ ਤੋਂ ਬਾਅਦ ਤੋੜ ਨਿਕਲਿਆ ਸੀ? ਕੁਛ ਨਹੀਂ ਪਾਜੀ, ਪਾਜੀ ਮੈਂ ਨਾ ਇਸ ਤੋਂ ਪਹਿਲਾਂ ਬਹੁਤ ਗਾਣੇ ਕੀਤੇ ਹੈ, ਲੋਕਾਂ ਦਾ ਦੋਗਾ ਫੀਚਰ ਕਰਕੇ ਜਾਉਣਾ ਹੈ, ਕਿਉਂਕਿ ਮੈਂ ਐਜ਼ ਐਨ ਐਕਟਰ ਨੋਨ ਹਾਂ। ਤੇ ਫਿਰ ਮੈਂ ਨਾ 2 ਸਾਲ ਐਕਟਿੰਗ ਛੱਡੀ। ਹਾਂ, ਫਿਰ ਆਪਾਂ ਬਹਿ ਕੇ ਸੋਚਿਆ ਕਿ ਮੈਂ ਲੋਕਾਂ ਦੇ ਦਿਮਾਗ 'ਚ ਨਿਕਲਾਂ ਕਿ ਮੈਂ ਐਕਟਿੰਗ ਕਰਦਾ ਨਾ, ਕਿ ਮੈਂ ਕੁਛ ਤਾਂ ਕਿ ਮੈਂ ਲੋਕਾਂ ਨੂੰ ਦੱਸ ਪਾਵਾਂ ਕਿ ਮੇਰੇ ਟਾਈਟਲ ਪੜੋ ਕਿ ਸਿੰਗਲ ਕੌਣ ਹੈ। ਤੇ ਫਿਰ ਮੈਂ ਆਪਣਾ ਲੇਬਲ ਨਵਾਂ ਖੋਲਿਆ, ਇੱਕ ਮੇਰਾ ਵੀਨ ਰਿਕਾਰਡਸ ਹੈ ਜਿੱਥੇ ਮੇਰੇ ਸਿੰਗਲ ਆਰਟਿਸਟ ਆਉਂਦੇ ਹਨ, ਆਰਟਿਸਟ ਉੱਥੇ ਗਾਣੇ ਆਉਂਦੇ ਹਨ। ਫਿਰ ਮੈਂ ਆਪਣਾ ਪ੍ਰਿੰਸ ਵਾਲਾ ਮਿਊਜ਼ਿਕ ਖੋਲਿਆ ਕਿ ਜਿੱਥੇ ਲੋਕ ਪਤਾ ਲੱਗਾ ਅੱਛਾ ਪ੍ਰਿੰਸ ਵਾਲਾ ਮਿਊਜ਼ਿਕ, ਜਿਹਦੇ ਨੀਚੇ ਆ ਕੇ ਪੜਨਗੇ ਗਾਇਆ ਜਿਸਨੇ, ਉਹਨੂੰ ਪਤਾ ਲੱਗਾ ਵਰਕਿੰਗ ਕੌਣ ਕੌਣ ਦਾ। ਫਿਰ ਜਦ ਆਪਾਂ ਤੋੜ ਬਣਾਇਆ ਨਾ, ਜਦ ਆਪਾਂ ਤੋੜ ਰਿਕਾਰਡ ਕਰਿਆ, ਤੇ ਭਾਜੀ ਆਪਾਂ ਜੋ ਰਿਕਾਰਡ ਕਰਦੇ 15 ਮਿੰਟ 'ਚ ਗਾਣਾ ਬਣਿਆ ਸੀ, 20 ਮਿੰਟ ਲੱਗੇ ਮੈਨੂੰ ਡਬ ਕਰਨ ਨੂੰ, ਠੀਕ ਹੈ? ਤੇ ਮਤਲਬ ਆਪਾਂ ਘੰਟੇ ਜਦ ਸੁਣਦੇ ਰਹੇ, ਸਾਨੂੰ ਪਤਾ ਲੱਗੇ ਸੀ ਗਾਣਾ ਹਿੱਟ ਹੈ। ਹਾਂ, ਕੀ ਬਾਤ ਹੈ, ਠੀਕ ਹੈ? ਅਸੀਂ ਜਦ ਗਾਣਾ ਬਣਾਇਆ ਸੀ, ਆਇਆ ਬਹੁਤ ਘੈਂਟ ਚੀਜ਼ ਬਣੀ ਹੈ, ਠੀਕ ਹੈ? ਹੁਣ ਆਪਾਂ ਟਾਈਮ ਲਾਉਂਗੇ, ਫਿਰ ਆਪਾਂ ਵੀਡੀਓ ਕਨਸੈਪਟ ਸੋਚਿਆ, ਮੈਂ ਕਿਹਾ ਵੀਡੀਓ ਕਨਸੈਪਟ ਉਹ ਵੀ ਕੀ ਸਭ ਟਾਈਮ ਰੱਖਣਾ ਕਿ ਸਟੋਰੀ ਨਾਲ ਚੱਲੀ ਜਾਏ, ਕੋਈ ਟੁੱਟਿਆ ਹੋਇਆ, ਮਤਲਬ ਨਹੀਂ। ਹਾਂ ਸਹੀ ਹੈ, ਮਗਾ ਆਪਾਂ ਨਾ ਫ੍ਰੀ ਸਟਾਈਲ ਰੱਖਣਾ, ਫ੍ਰੀ ਸਟਾਈਲ ਨਾਲ ਲੋਕਾਂ ਨੂੰ ਜ਼ਿਆਦਾ ਮਜ਼ਾ ਆਊਗਾ, ਥੋੜੇ ਸੈੱਟ ਵਧੀਆ ਲਾਉਂਦੇ ਆ, ਥੋੜਾ ਕ੍ਰੀਏਟੀਵਿਟੀ ਕਰਦੇ ਆ, ਹੈ ਨਾ? ਸਹੀ ਹੈ। ਔਰ ਜਦ ਗਾਣਾ ਮੈਂ ਈਵਾਈਪੀ ਨੂੰ ਭੇਜਿਆ, ਨਿਖਿਲ ਭਾਈ ਨੂੰ, ਹੈ ਨਾ, ਨਿਖਿਲ ਭਾਈ ਨੇ ਸੁਣਿਆ, ਭਾਜੀ ਉਹ ਸਾਰੇ ਜਿੰਨੇ ਲੋਕ ਜੋ ਭੇਜੀ ਜਾਂ ਉਹ ਸੁਣੀ ਜਾਣ, ਉਹ ਕਹੀ ਜਾਣ ਵੀਰੇ ਬਹੁਤ ਹੀ ਘੈਂਟ ਗਾਣਾ ਕਰਿਆ, ਸਾਡੇ ਦਿਮਾਗ 'ਚ ਅੜ ਗਿਆ, ਉਦੋਂ ਤੇਰੀ ਤੋੜ ਲੱਗੇ ਜੱਟ ਨੂੰ। ਉਹ ਲਾਈਨ ਮਤਲਬ ਬਾਰ ਬਾਰ ਜਿਹੜੀ ਆਪਾਂ ਰਿਪੀਟਿਵ ਤਾਂ ਕੀਤੀ ਕਿ ਲੋਕਾਂ ਨੂੰ ਅੜ ਜੇ, ਕੀ ਬਾਤ ਹੈ, ਠੀਕ ਹੈ ਨਾ? ਫਿਰ ਇੰਨਾ ਵਧੀਆ ਹਰ ਜਗ੍ਹਾ ਰਿਸਪੋਂਸ ਆਉਣ ਲੱਗਿਆ, ਤੇ ਉਹ ਗਾਣਾ ਇੱਕ ਪਾਸੇ ਵਿਕ ਰਿਹਾ ਸੀਗਾ ਮੇਰਾ, ਮੈਨੂੰ 85 ਲੱਖ ਰੁਪਏ ਦਾ ਆਫਰ ਵੀ ਆਇਆ। ਅੱਛਾ, ਕਿ ਗਾਣੇ ਦੇ ਪੈਸੇ ਚੱਕ ਲਓ, ਆ ਲਓ ਗਾਣਾ ਲੈ ਲਓ। ਤੇ ਮੈਂ ਨਿਖਿਲ ਨੂੰ ਫੋਨ ਕੀਤਾ, ਮੈਂ ਕਿਹਾ ਕੀ ਕਰਨਾ ਹੈ? ਕਹਿੰਦਾ ਵੀਰੇ ਸਵੇਰੇ ਕਰਦੇ ਹਾਂ ਗੱਲ, ਰਾਤ ਨੂੰ ਤਾਂ 2 ਵਜੇ ਆ। ਮੈਂ ਕਿਹਾ ਵੀਰੇ ਉਹ ਹੁਣੇ ਗਾਣਾ ਮੰਗ ਰਿਹਾ, ਪੈਸੇ ਲੈ ਕੇ ਬੈਠਾ। ਹਾਂ, ਤੇ ਕਹਿ ਰਿਹਾ ਵੀਰੇ ਚਲੋ ਸਵੇਰੇ ਗੱਲ ਕਰਦੇ ਹਾਂ। ਮੈਂ ਸਵੇਰ ਤੱਕ ਵੇਟ ਕਰੀ ਸੀ ਸਾਰੇ ਨੇ, ਸਵੇਰੇ ਗੱਲ ਕਰੀ ਮੈਨੂੰ ਭਾਜੀ, ਕਹਿੰਦੇ ਪ੍ਰਿੰਸ ਆਪਾਂ ਰਿਸਕ ਲੈਂਦੇ ਹਾਂ ਕਿਉਂਕਿ ਗਾਣਾ ਨਾ ਬਹੁਤ ਘੈਂਟ ਹੈ। ਹਾਂ, ਕਹਿ ਰਿਹਾ ਗਾਣਾ ਚੱਲੂਗਾ। ਹਾਂ, ਤੂੰ, ਮੈਂ ਕਿਹਾ ਠੀਕ ਹੈ ਵੀਰੇ, ਤੇ ਤੁਸੀਂ ਕਹਿ ਤਾਂ ਫਿਰ ਆਪਾਂ ਨਹੀਂ ਹੋਏ, ਤੇ ਆਪਾਂ ਆਪਣੀ ਚੈਨਲ 'ਤੇ ਕਰਾਂਗੇ, ਗੱਲ ਦੀ ਖਤਮ ਹੋਈ। ਚੈਨਲ 'ਤੇ ਕਰੀ 10 ਦਿਨ, ਉਹਦੇ ਬਹੁਤ ਨੋਰਮਲ ਰਿਸਪੋਂਸ, ਕਿਉਂਕਿ 10 ਦਿਨ ਲੱਗਦੇ ਗਾਣੇ ਚੱਲਣ ਨੂੰ ਲੋਕਾਂ ਤੱਕ ਪਹੁੰਚਣ ਨੂੰ। 4 ਦਿਨ ਭਾਜੀ ਜੋ ਗਾਣੇ ਨੇ ਪਿੱਕ ਕੀਤਾ, ਬਹੁਤ ਤੋਂ ਬਾਅਦ ਤਾਂ ਉਹਨੇ ਫਲਾਈ ਹੋ ਕੀਤਾ ਜੱਟ ਵਾਂਗੂ, ਹੈ ਨਾ? ਤੇ ਅਸੀਂ ਸਾਰੇ ਬੜੇ ਖੁਸ਼ ਕਿ ਅਸੀਂ ਰਿਸਕ ਲਿੱਤਾ ਸੀਗਾ ਬਹੁਤ ਵੱਡਾ, ਕਿਉਂਕਿ ਮੈਨੂੰ ਲੱਗਦਾ ਕਿ ਅੱਛਾ ਕੰਟੈਂਟ ਚੱਲਦਾ ਹੀ ਚੱਲਦਾ, ਹੈ ਨਾ? ਤੁਸੀਂ ਵਧੀਆ ਕੰਟੈਂਟ ਬਣਾਓਗੇ, ਉਹਨੇ ਚੱਲਣਾ ਹੀ ਚੱਲਣਾ, ਅੱਜ ਨਹੀਂ ਚੱਲਣਾ ਸਾਲ ਨੂੰ ਚੱਲ ਜਾਏਗਾ, ਹੈ ਨਾ? ਉੱਪਰ ਚੱਲੇਗਾ ਹੀ ਚੱਲ, ਡੈਫੀਨੇਟਲੀ। ਪਰ ਇਹ ਆਹ ਸਾਡਾ ਗਾਣਾ ਸੀ ਜਿਹੜਾ ਸਾਡੇ ਸਾਰਿਆਂ ਵਾਸਤੇ, ਜੇਮਿਤ ਵਾਸਤੇ, ਰੋਨੀ ਗਿੱਲ ਵਾਸਤੇ, ਮੇਰੇ ਵਾਸਤੇ ਗੇਮ ਚੇਂਜਰ ਸੀਗਾ, ਕਿਉਂਕਿ ਜੇਮਿਤ ਵੀ ਕਰਦੇ ਸਾਲ ਦਾ ਮਿਊਜ਼ਿਕ ਕਰ ਰਿਹਾ ਤੇ ਰੋਨੀ ਗਿੱਲ ਕਰਦੇ ਲਿਖ ਰਹੇ ਹੈ, ਮੈਂ ਵੀ ਕਰਦਾ ਗਾ ਰਿਹਾ, ਪਰ ਕਦੇ ਸਾਨੂੰ ਲੋਕ ਉਦਾਂ ਨਹੀਂ ਜਾਣਦੇ ਸੀ, ਪਰ ਅੱਜ ਉਹ ਲੋਕਾਂ ਨੂੰ ਬੁਲਾਉਂਦੇ ਆ, ਸਾਡਾ ਗਾਣਾ ਤੋੜ ਵਾਂਗੂ ਲਿਖ ਦਿਓ, ਜੇਮਿਤ ਤੋਂ ਮਿਊਜ਼ਿਕ ਕਹਿੰਦੇ ਕਿ ਸਾਡਾ ਉਦਾਂ ਮਿਊਜ਼ਿਕ ਕਰ ਦਿਓ, ਤੇ ਸਾਡੀ ਸਾਰੀ ਟੀਮ ਵਾਸਤੇ ਆ ਗੇਮ ਚੇਂਜਰ, ਡੈਫੀਨੇਟਲੀ। ਬਾਕੀ ਵੈਸੇ ਗਾਣੇ ਦੇ ਤੁਹਾਡੇ ਜਿਹੜਾ ਫੀਚਰਿੰਗ ਭਾਜੀ ਇੰਨੀ ਸੋਹਣੀ ਸੋਹਣੀ ਹੁੰਦੀ ਹੈ, ਹੁਣ ਇਹ 'ਚ ਮੁਨੱਵਰ ਸੀਗੇ ਤੁਸੀਂ, ਸੀਗੇ ਮੇਰਾ ਨੀ, ਇਹ ਸਾਡੇ ਜਿਹੜੇ ਨਾਲ ਦੇ ਪ੍ਰੋਡਿਊਸਰ ਉਹਨਾਂ ਦਾ ਸਵਾਲ ਹੈ, ਕਹਿੰਦੇ ਮਾਡਲਾਂ ਕਿਹੜੀ ਏਜੰਸੀ ਤੋਂ ਹੁੰਦੀਆਂ ਨੇ, ਵੈਸੇ ਪੁੱਛ ਰਹੇ ਸੀ ਭਾਜੀ। ਆ ਬਾਹਰੋਂ ਬੁਲਾਈਆਂ ਜਾਂਦੀਆਂ, ਬਾਹਰ ਹੀ ਭੇਜ ਦਿੱਤੇ ਜਾਂਦੀ ਆ, ਤਾਂ ਕੋਈ ਰਿਪੀਟ ਨਾ ਕਰ ਲਏ। ਵੈਸੇ ਗਲਤ ਗੱਲ ਹੈ, ਪ੍ਰਮੋਸ਼ਨ ਦੇ ਟਾਈਮ 'ਚ ਇਹ ਜਿਹਾ ਬੰਦਾ ਇਕੱਲਾ ਆ ਜਾਂਦਾ, ਇਹ ਨਹੀਂ ਚੰਗਾ ਲੱਗਦਾ, ਸਾਨੂੰ 2 ਸਵਾਲ ਸਾਡੇ ਮਾਰੇ। ਸੋ ਅਡੀ ਉਹਦੇ ਵਿੱਚ ਤੁਹਾਨੂੰ ਐ ਆਂਦੀ ਹੈ ਫਰਮਾਇਸ਼, ਜਿਵੇਂ ਆਹ ਗਾਣੇ 'ਚ ਵੀ ਹੈਗੇ, ਆਊਟਰੀਚ ਵੀ ਕਿਸੇ ਨੇ ਕਿਹਾ ਹੋਵੇ, ਦੇਖ ਯਾਰ 15 ਮਿੰਟ 2 ਮਿੰਟ ਬਸ ਲੇੜਾ ਲਾ ਕੇ ਚਲੇ ਜਾਊਂਗਾ। ਮੈਨੂੰ ਆਹ ਮੇਰੀ ਵੀਡੀਓ ਦੇਖਣ ਤੋਂ ਬਾਅਦ ਆਉਂਦਾ ਇੱਕ ਨੀਚੇ ਕਮੈਂਟ ਆਈ ਸੀ, ਬੜਾ ਸੋਹਣਾ, ਕਹਿ ਰਿਹਾ ਯਾਰ ਜ਼ਿੰਦਗੀ ਆਰਾਮ ਸੇ ਚੱਲ ਰਹੀ ਹੋਤੀ ਹੈ, ਫਿਰ ਪ੍ਰਿੰਸ ਭਾਈ ਗਾਣਾ ਆ ਜਾਤਾ, ਫਿਰ ਹਮੇਂ ਲੱਗਤਾ ਹਮ ਖਮਖ ਆਏ ਹੈਂ ਜ਼ਿੰਦਗੀ ਮੈਂ। ਮੈਂ ਬੜਾ ਹੱਸਿਆ ਉਸ ਵੀਡੀਓ ਨੂੰ ਦੇਖ, ਉਸ ਗਾਣੇ ਦੇਖ ਕੇ। ਫਿਰ ਇੱਕ ਨੇ ਲਿਖਿਆ ਹੋਇਆ ਕਹਿੰਦਾ ਯਾਰ ਪ੍ਰਿੰਸ ਭਾਈ ਕੀ ਵੀਡੀਓ ਦੇਖਣੇ ਮਜ਼ਾ ਬੜਾਤਾ, ਕਹਿ ਰਿਹਾ ਪਰੀਆਂ ਬੜੀ ਅੱਛੀ ਹੋਤੀ ਹੈ। ਤੇ ਇੱਕ ਮੁੰਡੇ ਨੇ ਰਿਐਕਸ਼ਨ ਵੀਡੀਓ 'ਚ ਲਿਖਿਆ ਹੋਇਆ, ਮੈਂ ਜਿੱਦਾਂ ਵੀਡੀਓ ਸਟਾਰਟ ਹੁੰਦੀ ਹੈ ਨਾ, ਜਿਵੇਂ ਪਹਿਲਾ ਇੰਟਰ ਸੀਨ ਆਉਂਦਾ, ਕਹਿੰਦਾ ਉਹ ਬਟਰਫਲਾਈ, ਮੈਂ ਕਿਹਾ ਇੰਨੀ ਤਾਂ ਚੰਡੀਗੜ੍ਹ ਦੇ ਰੋਜ਼ ਗਾਰਡਨ 'ਚ ਕਿਸੇ ਨੇ ਤਿੱਤਲੀਆਂ ਨਹੀਂ ਦੇਖੀ ਜਿਹੜੀ, ਉਹ ਨੋਟਿਸ ਹੋਈ ਹੈ। ਬਹੁਤ ਵਧੀਆ ਭਾਜੀ, ਬਟ ਅਫਕੋਰਸ ਉਹੀ ਜੇ ਇਸ ਗਾਣੇ ਦੀ ਗੱਲ ਕਰੀਏ ਆਊਟਰੀਚ, ਮੈਂ ਟਾਈਟਲ ਪਹਿਲਾਂ ਸੋਚਿਆ ਸੀਗਾ, ਫਿਰ ਜਾਂ ਫਿਰ ਜਦੋਂ ਨਹੀਂ ਭਾਜੀ ਆਹ ਗਾਣਾ ਜਿਹੜਾ ਆਪਾਂ ਬਣਾਇਆ ਸੀ ਨਾ, ਇਹਦੇ ਗਾਣੇ ਦਾ ਨਾਮ ਸੀ ਔਨ ਟੌਪ, ਔਨ ਟੌਪ, ਜੱਟ ਔਨ ਟੌਪ, ਜੱਟ ਔਨ ਟੌਪ, ਫਿਰ ਕਰਨ ਬਾਈ ਦਾ ਗਾਣਾ ਆ ਗਿਆ ਹੁਣ। ਅੱਛਾ ਹਾਂ, ਠੀਕ ਹੈ। ਤੇ ਫਿਰ
ਸੋ ਚਾਹੇ ਬੇਸ਼ੱਕ ਉਮਰ ਤੋਂ ਮੇਰੇ ਤੋਂ ਛੋਟਾ ਹੋਵੇ ਜਾਂ ਮਤਲਬ ਪਰ ਮੈਂ ਕਲਾ ਦੀ ਵੈਲਿਊ ਕਰਦਾ ਕਲਾ ਬਹੁਤ ਵਧੀਆ ਮੈਂ ਕਹਿੰਦੀ ਇੱਦਾਂ ਨਹੀਂ ਕਰਨਾ ਫਿਰ ਆਪਾਂ ਬੈਠੀ ਆਪਾਂ ਕੀ ਕਰੀਏ ਆਪਾਂ ਪਹਿਲਾਂ ਬੜੇ ਨਾਮ ਰੱਖੇ ਇਹਦੇ ਬੜੇ ਨਾਮ ਰੱਖੇ ਫਿਰ ਆਊਟ ਆਫ ਰੀਚ ਵੀ ਰੱਖਿਆ ਸਿੰਪਲ ਨਾਮ ਕਿ ਆਊਟ ਆਫ ਰੀਚ ਫਿਰ ਨਿਖਿਲ ਬਾਈ ਕਹਿੰਦੇ ਯਾਰ ਕਿ ਥੋੜਾ ਕੈਨੇਡੀਅਨ ਸਲੈਂਗ ਕਰ ਦੇਣਾ ਆਊਟ ਆਫ ਰੀਚ ਆਊਟ ਆਫ ਰੀਚ ਅੱਛਾ ਲੱਗ ਰਿਹਾ ਹੈ ਆਊਟ ਆਫ ਰੀਚ ਹੀ ਮਤਲਬ ਨਾ ਤੇ ਆਊਟ ਆਫ ਰੀਚ ਮੈਂ ਕਿਹਾ ਕੈਂਟ ਲੱਗ ਰਿਹਾ ਫਿਰ ਆਪਾਂ ਕਿਹਾ ਚਲੋ ਡਨ ਆ ਹੀ ਨਾਮ ਰਿਹਾ ਆਊਟ ਆਫ ਰੀਚ ਕਿਉਂਕਿ ਕਿਆ ਹੈ ਜਦ ਜਿਵੇਂ ਸਿੱਧੂ ਬਾਈ ਦੀ ਗੱਲ ਸੀ ਕਿ ਜਦ ਮਾੜੇ ਟਾਈਮ 'ਚ ਇਨਸਾਨ ਦਿੱਤਾ ਜਦ ਚੰਗਾ ਟਾਈਮ ਚੱਲਦਾ ਤਾਂ ਫਿਰ ਅਸੀਂ ਵੀ ਆਊਟ ਆਫ ਰੀਚ ਹੀ ਹਾਂ ਸਹੀ ਗੱਲ ਹੈ ਸਹੀ ਗੱਲ ਕਹਿੰਦਾ ਨਾਮ ਵੀ ਆਊਟ ਆਫ ਰੀਚ ਹੀ ਰੱਖੋ ਅੱਛਾ ਸਾਨੂੰ ਕੁਛ ਹੋਰ ਲੱਗਿਆ ਸੀਗਾ ਮੈਂ ਕਿਹਾ ਜਦੋਂ ਤੁਸੀਂ ਸ਼ੂਟ ਕੀਤਾ ਗਾਣੇ ਦਾ ਪਹਿਲਾਂ ਸੀ ਯੂਵੀ ਗਾਣੇ ਦੇਖਿਆ ਹੋਗਾ ਫਿਰ ਉਹਨਾਂ ਦਾ ਫੋਨ ਦਾ ਆਊਟ ਆਫ ਰੀਚ ਚੱਲਿਆ ਸੀ ਤੁਸੀਂ ਕਹਿੰਦਾ ਨੰਬਰ ਆਹੀ ਰੱਖ ਗਾਣੇ ਦਾ ਨਾਮ ਆਊਟ ਆਫ ਰੀਚ ਨਹੀਂ ਬਟ ਇਹ ਗਾਣੇ ਦੇ ਵਿੱਚ ਰਣਵੀਰ ਜੀ ਭਾਜੀ ਜੀ ਤੁਸੀਂ GD47 ਠੀਕ ਹੈ ਤਿੰਨ ਅਲੱਗ ਅਲੱਗ ਚਾਰ ਪੰਜ ਛੇ ਸ਼ੋਅਸ ਦੇ ਬੰਦੇ ਨੇ ਕਿਹੜੇ ਸ਼ੋਅ ਦੀ ਇਹੋ ਜਿਹੀ ਸ਼ੂਟਿੰਗ ਚੱਲ ਰਹੀ ਸੀ ਜਿਹਨਾਂ 'ਚ ਇਕੱਠੇ ਚੱਕੇ ਨੇ ਜਿਹੜਾ ਹਾਲ ਤੱਕ ਸਾਨੂੰ ਰਿਵੀਲ ਨਹੀਂ ਹੋ ਰਿਹਾ ਅਸੀਂ ਗੈਸ ਕਰੀ ਜਾਂਦੇ ਸਪਲਿਟ ਫਿਲਾ ਸੀਗੇ ਰੋਡੀ 'ਚ ਸੀਗੇ ਹਸਲ ਮੇਰੀ ਇੱਥੋਂ ਫੜੇ ਮੇਰੀ ਰਣਵੀਰ ਜੀ ਨੇ ਬਹੁਤ ਟਾਈਮ ਦੀ ਗੱਲ ਕਰ ਰਹੀ ਸੀ ਆਪਾਂ ਗਾਣਾ ਇਕੱਠੇ ਕਰਨਾ ਸਾਡੇ ਕੋਲ ਗਾਣਾ ਐਕਸਲ ਹੈ ਨਾ ਅਸੀਂ ਉਹ ਕਰਨਾ ਸੀਗਾ ਪਰ ਉਹਨੂੰ ਟਾਈਮ ਹੈ ਹਾਲੇ ਅਤੇ ਮੈਂ ਭਾਜੀ ਨੂੰ ਬੋਲਿਆ ਮੈਂ ਕਿਹਾ ਭਾਜੀ ਚਲੋ ਗਾਣਾ ਕਰਦੇ ਹਾਂ ਤੋਂ ਉਸ ਤੋਂ ਬਾਅਦ ਬੜਾ ਹੋਇਆ ਅਤੇ ਕਿਉਂਕਿ ਮੇਰੇ ਭਰਾ ਯਾਰ ਮੈਨੂੰ ਲੱਗਦਾ ਕਿ ਜਦ ਅੱਠਾਂ ਇਕੱਠੇ ਰਹੇ ਹਾਂ ਵਧੀਆ ਟਾਈਮ 'ਚ ਇਕੱਠੇ ਰਹੀਏ ਨਾ ਅਤੇ ਭਾਜੀ ਕਹਿੰਦੇ ਗਾਣਾ ਕੌਣ ਸਾ ਮੈਂ ਕਿਹਾ ਤੁਹਾਨੂੰ ਗਾਣਾ ਬਣਾ ਕੇ ਭੇਜਣਾ ਤੁਸੀਂ ਗਾਣਾ ਸੁਣ ਕਰੇ ਬਹੁਤ ਖਤਰਨਾਕ ਗਾਣਾ ਹੈ ਯਾਰ ਇਹ ਕਰਦੇ ਹਾਂ ਤਾਂ ਮੈਂ ਕਿਹਾ ਠੀਕ ਹੈ ਫਿਰ GD ਨੂੰ ਜਿਸ ਆਪਾਂ ਗਾਣਾ ਬਣਾ ਰਹੇ ਸੀ ਉਸਨੇ GD ਨੂੰ ਲਾਇਆ ਸਪੈਸ਼ਲ ਮੈਂ ਕਿਹਾ GD ਆ ਗਿਆ ਚੰਡੀਗੜ੍ਹ ਸੀ ਅਤੇ GD ਆਇਆ GD ਨੂੰ ਗਾਣਾ ਸੁਣਾ ਕਹਿ ਰਿਹਾ ਭਾਜੀ ਬਹੁਤ ਘੈਂਟ ਵਾਈਪ ਹੈ ਕਹਿ ਰਿਹਾ ਮੈਨੂੰ ਇੱਕ ਦਿਨ ਦੇ ਦਿਓ ਮੈਂ ਇੱਕ ਦਿਨ 'ਚ ਬਣਾ ਕੇ ਭੇਜੂ ਅਸੀਂ ਦਿੱਤਾ ਸਵੇਰੇ ਸਾਰੀ ਰਾਤ ਲੱਗਿਆ ਰਿਹਾ ਸਵੇਰੇ ਅਸੀਂ ਉੱਠਣਾ ਸਾਨੂੰ ਬਣਾ ਕੇ ਭੇਜਿਆ ਅੱਛਾ ਦੀ ਐਂਡ ਉਹਦਾ ਫਲੋ ਬਹੁਤ ਘੈਂਟ ਹੈ ਫਿਰ ਉਹਨੇ ਆਪਾਂ ਇਕੱਠੇ ਰਿਕਾਰਡ ਕੀਤਾ ਉਹਨੇ ਬੁਲਾਇਆ ਉਹਨੇ ਰਿਕਾਰਡ ਕੀਤਾ ਫਿਰ ਬਸ ਨਹੀਂ ਬਾਕੀ ਤੁਹਾਡੇ ਵੀ ਕਈ ਵਾਰ ਰੀਲਸ ਦੇਖੇ ਯੂਵਿਕਾ ਦੀ ਦੇਖੀਆਂ ਛੋਟੂ ਤੁਹਾਡੇ ਨਾਲ ਹੁੰਦੇ ਰਹੇ ਉਹ ਇਸ ਗਾਣੇ 'ਚ ਕਿਵੇਂ ਪਾਉਣ ਦੀ ਸੋਚੀ ਕਿ ਭਾਈ ਸਾਹਿਬ ਉਹ ਨਾ ਉਹਨੇ ਬਹੁਤ ਪਹਿਲਾਂ ਮੇਰੀ ਵੀਡੀਓ 'ਚ ਆਉਣਾ ਸੀਗਾ ਪਰ ਉਹ ਫਿਰ ਆ ਗਿਆ ਸੀਗਾ ਖੈਰ ਭਾਜੀ ਦੀ ਵੀਡੀਓ 'ਚ ਅੱਛਾ ਮੈਂ ਕਿਹਾ ਹੁਣੇ ਮੈਂ ਲਾਉਂਗਾ ਨਾ ਤਾਂ ਰਿਪੀਟਡ ਲੱਗੇਗਾ ਕਿਉਂਕਿ ਥੋੜ੍ਹਾ ਟਾਈਮ ਪਾਉਂਦੇ ਮੈਂ ਕਿਹਾ ਮੈਨੂੰ ਇੱਦਾਂ ਦਾ ਗਾਣਾ ਆਉਂਦਾ ਜਿੱਥੇ ਮੈਨੂੰ ਪੂਰਾ ਟਰੱਸਟ ਹੋਵੇ ਗਾਣਾ ਚੱਲਣਾ ਹੀ ਚੱਲਣਾ ਕਿਉਂਕਿ ਤੋੜ ਤੱਕ ਅਸੀਂ ਵੀ ਥੋੜ੍ਹੇ ਡਾਊਟ ਸੀ ਕਿ ਗਾਣਾ ਚੱਲੂਗਾ ਨਹੀਂ ਚੱਲੂਗਾ ਲੋਕ ਅਸੈਪਟ ਕਰਨਗੇ ਨਹੀਂ ਕਰਨਗੇ ਪਰ ਹੁਣ ਸਾਨੂੰ ਪਤਾ ਕਿ ਅਸੀਂ ਵਧੀਆ ਗਾਣਾ ਦੇਤਾ ਲੋਕ ਸਾਡੇ ਦੂਜਾ ਗਾਣਾ ਸੁਣਨ ਤਾਂ ਆਉਣਗੇ ਹੈ ਨਾ ਕਿ ਹੁਣ ਕੀ ਆਇਆ ਅਤੇ ਫਿਰ ਮੈਨੂੰ ਕਰਦੀ ਚੱਲ ਆ ਜਾ ਹੁਣ ਤੂੰ ਵੀ ਮਾਰੀ ਫਲਾਈਟ ਕਰਾਈ ਮੈਂ ਕਿਹਾ ਆ ਜਾ ਚੈਨੋ ਦੋ ਲਾਈਨਾਂ ਇਸ ਗਾਣੇ ਦੀਆਂ ਹੋ ਜਾਣ ਸਾਡੇ ਸਾਰੇ ਤੋੜ ਦੀ ਕਿਹਦੀ ਦੋਨਾਂ ਦੀ ਹੋ ਜਾਏ ਮੈਂ ਕਹਿੰਦਾ ਪਹਿਲੇ ਤੋੜ ਸੁਣਾ ਦਿੰਦਾ ਤੋੜ ਤੋੜ ਸੁਣਾ ਇਹਨੂੰ ਬਣਾਇਆ ਹੁਣ ਜਾਣ ਦੱਸ ਦੇ ਕਿਹਦਾ ਸੀਗਾ ਨੈਕ ਤੇ ਨਿਸ਼ਾਨ ਦੱਸ ਦੇ ਜਿਮ ਦਾ ਸ਼ਕੀਨ ਲਾ ਰਿਆਂ ਨੇ ਪੱਟਤਾ ਮੈਨੂੰ ਪੀਣ ਲਾਤਾ ਕਿਉਂ ਸਮਾਨ ਦੱਸ ਦੇ ਦੱਸ ਕਿਹੜੇ ਮੂੰਹ ਨਾਲ ਰੱਬ ਨੂੰ ਜਵਾਬ ਦੇਂਗੀ ਹੋਰ ਲੁੱਟ ਲੁੱਟ ਕਿੰਨੇ ਨੀ ਸਵਾਦ ਲਏਂਗੀ ਗਿੱਲ ਰੋਨੀ ਬਾਰੇ ਜਦੋਂ ਪੁੱਛਣਗੇ ਲੋਕ ਦੱਸ ਫਿਰ ਕਿਹੜਾ ਚਿਹਰੇ ਤੇ ਨਕਾਬ ਲਏਂਗੀ ਐਵੇਂ ਭੰਗ ਪਾਣੇ ਤੇਰੇ ਪਿੱਛੇ ਰੋੜਤੀ ਜਵਾਨੀ ਨਹੀਂ ਖਮਖਾਹੀ ਤੇਰੇ ਪਿੱਛੇ ਖੱਟੀ ਬਦਨਾਮੀ ਨਹੀਂ ਜਿਹੜੇ ਮੋੜੀ ਉੱਤੇ ਸੀ ਤੂੰ ਮੋੜ ਗਈ ਨਿਸ਼ਾਨੀ ਨੀ ਜੈਰ ਵਰਗਾ ਓ ਸੱਚੀ ਮੋੜ ਲੱਗੇ ਜੱਟ ਨੂੰ ਉਦੋਂ ਤੇਰੀ ਤੋੜ ਲੱਗੇ ਜੱਟ ਨੂੰ ਜ਼ਿੰਦਗੀ 'ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ ਉਦੋਂ ਤੇਰੀ ਤੋੜ ਲੱਗੇ ਜੱਟ ਨੂੰ ਜ਼ਿੰਦਗੀ ਦੀ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ ਉਦੋਂ ਤੇਰੀ ਤੋੜ ਲੱਗੇ ਜੱਟ ਨੂੰ ਉਦੋਂ ਤੇਰੀ ਤੋੜ ਲੱਗੇ ਜੱਟ ਨੂੰ ਕਿਆ ਬਾਤ ਹੈ ਭਾਜੀ ਮਤਲਬ ਗਾਣਾ ਸੁਣ ਕੇ ਮੈਨੂੰ ਓਬਵੀਅਸਲੀ ਇਹ ਗਾਣੇ ਉਹ ਨੇ ਜਿਹੜੇ ਨਾ ਤੁਸੀਂ ਸਪੀਕਰ ਜਿਵੇਂ ਜਿਮ ਵਗੈਰਾ ਸੁਣਦੇ ਬਹੁਤ ਵਧੀਆ ਲੱਗਦੇ ਨੇ ਐਂਡ ਸੇਮ ਇਸ ਗਾਣੇ ਦੀ ਜਿਹੜਾ ਹੁਣ ਤੁਹਾਡਾ ਹੈਗਾ ਆਊਟ ਆਫ ਰੀਚ ਇਸ ਦੀ ਵੀ ਠੋਕਲਾ ਨਹੀਂ ਬਹੁਤ ਘੈਂਟ ਦੀ ਕਿਹਾ ਜਿੱਥੇ ਘੋੜੇ ਪਹੁੰਚ ਗਏ ਆ ਜੱਟ ਉਹ ਤੁਹਾਨੂੰ ਵੇਖ ਵੇਖ ਲੱਗਦਾ ਆ ਕੱਠ ਵੈਰੀ ਕੰਨਾਂ ਨੂੰ ਨੇ ਲਾਉਂਦੇ ਬਿਲੋ ਹੱਥ ਦੇਖ ਕਿੱਥੇ ਘੋੜੇ ਪਹੁੰਚ ਗਏ ਆ ਜੱਟ ਕਿਆ ਬਾਤ ਹੈ ਬਹੁਤ ਵਧੀਆ ਸੁਪਾ ਜੀ ਤੁਹਾਡੇ ਗਾਣੇ ਦੇ ਵਿੱਚ ਨਾ ਅਸੀਂ ਕੁਝ ਵਰਡਸ ਚੂਜ਼ ਕੀਤੇ ਨੇ ਬੜੇ ਇੰਟਰਸਟਿੰਗ ਲੱਗੇ ਸੋ ਇਹ ਗੇਮ ਹੈ ਮੈਂ ਬੇਸਿਕਲੀ ਵਰਡਸ ਬੋਲੂਗਾ ਸ਼ਬਦ ਨੇ ਤੁਸੀਂ ਉਹ ਟਾਈਟਲ ਦੇਣੇ ਜਿਹੜੇ ਤੁਹਾਡੇ ਨੋਨ 'ਚ ਕਿਹਨੂੰ ਦੇਣਾ ਚਾਹੋਗੇ ਠੀਕ ਹੈ ਇਹ ਗਾਣੇ ਦੇ ਵਿੱਚ ਇਸੇ ਗਾਣੇ ਦੇ ਵਿੱਚ ਹੈ ਪਹਿਲਾਂ ਭਾਜੀ ਕਲੈਰੀ ਮੋਰ ਭਾਜੀ ਰੋਨੀ ਕਿਸ ਵਜ੍ਹਾ ਤੋਂ ਦਿੱਤੇ ਗਏ ਨੇ ਬਾਲ ਬਹੁਤ ਜ਼ਿਆਦਾ ਇੰਟਰਸਟ ਭਾਜੀ ਉਹਦੀ ਗੱਲਾਂ ਸੁਣ ਲਓਗੇ ਨਾ ਉਹ ਸਾਹ ਨਹੀਂ ਆਉਣ ਦਿੰਦਾ ਭਾਜੀ ਮੇਰਾ ਆਰਟਿਸਟ ਹੈ ਨਿੰਮੀ ਤੇ ਜ਼ਹਿਨ ਉਹ ਇਕੱਠੇ ਯਾਰ ਰਹੇ ਹਾਂ ਤੇ ਜਿੱਦੇ ਤੋੜ ਹਿੱਟ ਹੋਏ ਨਾ ਕਹਿੰਦਾ ਭਾਜੀ ਮੈਂ ਨਾ ਉਹ ਕਿਆ ਨਾਮ ਹੈ ਉਹ ਮੰਗੇ ਸੀਗੇ ਕੀ ਕਹਿੰਦੇ ਉਹਨੂੰ ਆਪਾਂ ਮੰਦਰ ਆ ਕੇ ਉਹ ਨਹੀਂ ਮੰਗਦੇ ਮੰਨਤ ਕਹਿੰਦਾ ਮੰਨਤ ਮੰਗੀ ਸੀ ਜਿਆਦਾ ਗਾਣਾ ਚੱਲ ਪਿਆ ਨਾ ਅਸੀਂ ਬਲੀ ਦੇਣੀ ਹੈ ਮੈਂ ਹੱਸ ਲਾ ਗਿਆ ਮੈਂ ਕੀ ਕਹਿੰਦਾ ਨਿੰਮੀ ਦੇਣੀ ਤੇ ਉਹ ਫੋਨ ਕਰ ਕਰਕੇ ਭਾਜੀ ਇਹੋ ਜਿਹੀ ਗੱਲਾਂ ਕਰਦਾ ਤੇ
ਕਹਿੰਦਾ ਬਾਜੀ ਕੱਲ ਮੈਨੂੰ ਆਫਰ ਆ ਗਿਆ ਕਹਿੰਦਾ ਕਿਹਦਾ ਕਹਿੰਦਾ ਮੇਰੇ ਤੋਂ ਗਾਣਾ ਮੰਗਿਆ ਸਲਮਾਨ ਖਾਨ ਸਾਰੇ ਨੇ ਕਹਿੰਦਾ ਮੈਂ ਮਨਾ ਕਰਤਾ ਕਹਿੰਦਾ ਬਾਜੀ ਕਹਿੰਦਾ ਬਾਜੀ ਭਾਈ ਆਪਾਂ ਇਕੱਠੇ ਕੰਮ ਕਰਨਾ ਅਸੀਂ ਗੱਲਾਂ ਬਹੁਤ ਇੱਦਾਂ ਦੀਆਂ ਟਿਚ 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 ਰਣਵਿਜੇ ਟਿਚ ਰਣਵਿਜੇ ਬਹੁਤ ਵਧੀਆ ਉਹ ਤੋਂ ਇਸ 'ਚ ਕੋਈ ਸ਼ੱਕ ਨਹੀਂ ਹੈਗਾ शरारती तौर ते कौन तुहाडे नोन च छोटी दा बदमाश छोटी दा बदमाश हां शरारती तौर पे है नहीं बदमाशी वाला काम बट फिर भी हां और ओनी हो भाजी एडियां गल्लां सुन लो सब तुहाडा बदमाश ही आई है अच्छा ओके सो पंजाबी इधर जिस अपने वाले इंडस्ट्री दे विच गल करी जिवें हैगा बाद ਸੋ ਭਾਜੀ ਤੁਹਾਡੀ ਆਪਣੀ ਪਰਸਨਲ ਲਾਈਫ ਦੇ ਵਿੱਚ ਜਿਵੇਂ ਇਹ ਵਰਡ ਤੁਹਾਡੇ ਗਾਣੇ ਚ ਕਸੂਤੀ ਸੱਟ ਕਦੋਂ ਲੱਗੀ ਸੀ ਇਨ ਐਨੀ ਫਾਰਮ ਕਸੂਤੀ ਸੱਟ ਭਾਜੀ ਜਦ ਕਾਲਜ ਚ ਫੇਰ ਸੀ ਨਾ ਉਹ ਨਿਆਣਾ ਦਾ ਪਿਆਰ ਹੁੰਦਾ ਤਾਂ ਲੱਗਾ ਕਿ ਆਹੀ ਸਭ ਕੁਝ ਹਾਂ ਜਦ ਬ੍ਰੇਕਅਪ ਹੋ ਜਾਂਦਾ ਤਾਂ ਲੱਗਦਾ ਕਿ ਆਹ ਜ਼ਿੰਦਗੀ ਉਹ ਲੁੱਟ ਗਈ ਖਤਮ ਹੋ ਗਿਆ ਬਾਈ ਇਸ ਤੋਂ ਬਾਅਦ ਤਾਂ ਕੁਝ ਨਹੀਂ ਆਪਣੇ ਕੋਲ ਉਹ ਕਸੂਤੀ ਸੱਟ ਸੀ ਤੇ ਫਿਰ ਕੱਡੇ ਵਹਿਮ ਕਦੋਂ ਹੋਇਆ ਸੀਗਾ ਫਿਰ ਕੱਡੇ ਵਹਿਮ ਤਾਂ ਹੋ ਗਿਆ ਜਦ ਉਹ ਸਾਰੇ ਆਹੀ ਸ਼ੋਅ ਦੇਖਦੀ ਸੀ ਉਹ ਸਾਰੇ ਫਿਰ ਸਾਰੇ ਸ਼ੋਅ ਜਿੱਤ ਲਏ ਆਹ ਫਿਰ ਉਹਨੇ ਵਹਿਮ ਕੱਢਤੇ ਹਾਂ